ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਸੋ ਅੱਜ ਦੀ ਰਿਵੀਜ਼ਨ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ, ਠੀਕ ਹੈ। ਇਹਦੇ ਵਿੱਚ ਆਪਾਂ ਆਲਮੋਸਟ 50 ਕੁਸ਼ਚਨ ਕਵਰ ਕਰਾਂਗੇ ਗੁਰੂਆਂ ਦੇ ਨਾਲ ਰਿਲੇਟਿਡ, ਜੋ ਕਿ ਸਾਰੇ ਹੀ ਪੰਜਾਬ ਦੇ ਇਗਜ਼ਾਮਸ ਵਾਸਤੇ ਇੰਪੋਰਟੈਂਟ ਰਹਿਣਗੇ। ਸੋ ਜਲਦੀ ਜਲਦੀ ਸ਼ੁਰੂ ਕਰਦੇ ਹਾਂ। ਹਰਿਮੰਦਰ ਸਾਹਿਬ ਦੀ ਉਸਾਰੀ ਕਦੋਂ ਸੰਪੂਰਨ ਹੋਈ ਸੀ? ਸਹੀ ਜਵਾਬ ਹੈ 1601 ਦੇ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਪੂਰੀ ਹੋ ਗਈ ਸੀ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਕੋਲੋਂ ਰਖਵਾਈ ਸੀਗੀ? ਤਾਂ ਸਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਇੱਕ ਮੁਸਲਮਾਨ ਜੀ ਤੋਂ ਰਖਵਾਈ ਸੀ। ਤਾਂ ਸੋ ਦਾ ਕਰੈਕਟ ਆਂਸਰ ਇਜ਼ ਸਾਈਂ ਮੀਆਂ ਮੀਰ, ਠੀਕ ਹੈ। ਇਹ ਦੇਖੋ, ਇਹ ਵੀ ਕੁਸ਼ਚਨ ਤੁਸੀਂ ਇਲੀਮੀਨੇਸ਼ਨ ਨਾਲ ਕਰ ਸਕਦੇ ਸੀਗੇ, ਠੀਕ ਹੈ, ਅਗਰ ਕਿਸੇ ਬੱਚੇ ਨੂੰ ਨਹੀਂ ਪਤਾ ਹੈ, ਬਿਲਕੁਲ ਬਲੈਂਕ ਹੋ। ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਕਿਸ ਨੇ ਕੀਤੀ ਸੀਗੀ? ਤਾਂ ਸਹੀ ਜਵਾਬ ਹੈ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ, ਜੋ ਕਿ ਸਿੱਖਾਂ ਦੇ 5ਵੇਂ ਗੁਰੂ ਹੋਏ ਹਨ। ਅਗਲਾ ਕੁਸ਼ਚਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਗ੍ਰੰਥੀ ਕਿਸ ਨੂੰ ਥਾਪਿਆ ਗਿਆ? ਯਾਨੀ ਕਿ ਫਸਟ ਗ੍ਰੰਥੀ ਕੌਣ ਸੀਗੇ ਗੁਰੂ ਗ੍ਰੰਥ ਸਾਹਿਬ ਜੀ 'ਤੇ? ਸਹੀ ਜਵਾਬ ਹੈ ਜੀ, ਬਾਬਾ ਬੁੱਢਾ ਜੀ ਸੀਗੇ, ਜੋ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਹੋਏ ਹਨ, ਠੀਕ ਹੈ। ਆਦਿ ਗ੍ਰੰਥ ਦਾ ਕਾਰਜ ਕਦੋਂ ਸੰਪੂਰਨ ਹੋਇਆ ਸੀਗਾ? 1604 ਵਿੱਚ ਜੋ ਆਦਿ ਗ੍ਰੰਥ ਦਾ ਕਾਰਜ ਹੈ ਉਹ ਸੰਪੂਰਨ ਹੋ ਗਿਆ ਸੀਗਾ। ਅਤੇ ਤੁਸੀਂ ਮੈਨੂੰ ਇੱਥੇ ਆਨਸਰ ਦਿਓ ਕਿ ਕਿੰਨਾ ਨੇ ਕਰਵਾਇਆ ਸੀ ਅਤੇ ਕਿਹਦੇ ਕੋਲੋਂ ਕਰਵਾਇਆ ਗਿਆ ਸੀਗਾ, ਠੀਕ ਹੈ। ਇਹ ਦੋ ਕੁਸ਼ਚਨ ਦਾ ਜਵਾਬ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੈ ਕਿ ਆਦਿ ਗ੍ਰੰਥ ਦਾ ਜੋ ਕਾਰਜ ਸੀਗਾ ਉਹ ਕਿਹੜੇ ਗੁਰੂ ਸਾਹਿਬਾਨ ਨੇ ਕਰਵਾਇਆ ਸੀ, ਆਪਾਂ ਹੁਣੇ ਕਵਰ ਕੀਤਾ ਹੈ, ਅਤੇ ਕਿਹਨਾਂ ਦੇ ਕੋਲੋਂ ਕਰਵਾਇਆ ਸੀਗਾ। ਸੋ ਆਦਿ ਗ੍ਰੰਥ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ? ਵੈਰੀ 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 ਇੰਪੋਰਟੈਂਟ ਕੁਸ਼ਚਨ, ਇਹਨੂੰ ਰੱਟ ਲਓ। 15 ਭਗਤਾਂ ਦੀ ਬਾਣੀ ਦਰਜ ਹੈ। ਬਹੁਤ ਵਾਰ ਪੰਜਾਬ ਦੇ ਪੇਪਰਾਂ 'ਚ ਇਹ ਕੁਸ਼ਚਨ ਪੁੱਛਿਆ ਗਿਆ ਹੈ, ਠੀਕ ਹੈ ਜੀ। ਤਾਂ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ? 15 ਭਗਤਾਂ ਦੀ ਬਾਣੀ ਦਰਜ ਹੈ। ਗੁਰੂ ਜੀ ਨੇ ਸਿੱਖਾਂ ਨੂੰ ਕਿੱਥੋਂ ਘੋੜਿਆਂ ਦਾ ਵਪਾਰ ਕਰਨ ਲਈ ਕਿਹਾ? ਤਾਂ ਸਹੀ ਜਵਾਬ ਹੈ ਜੀ, ਸਿੰਧ। ਉਹਨਾਂ ਨੇ ਸਿੰਧ ਤੋਂ ਘੋੜਿਆਂ ਦਾ ਵਪਾਰ ਕਰਨ ਲਈ ਕਿਹਾ। ਪ੍ਰਿਥੀ ਬ੍ਰਾਹਮਣਾਂ ਅਤੇ ਕੱਟੜਪੰਥੀ ਮੁਸਲਮਾਨਾਂ ਨੇ ਕਿਹੜੇ ਸਮਰਾਟ ਨੂੰ ਭੜਕਾਇਆ ਸੀ? ਤਾਂ ਸਹੀ ਜਵਾਬ ਹੈ ਜੀ, ਅਕਬਰ ਨੂੰ ਭੜਕਾਇਆ ਸੀ, ਠੀਕ ਹੈ। ਇਹਨਾਂ ਨੇ ਅਕਬਰ ਨੂੰ ਕਿਹਾ ਸੀਗਾ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਹੋ ਰਿਹਾ ਹੈ ਉਹ ਜੋ ਮੁਸਲਮਾਨ ਧਰਮ ਵਾਸਤੇ ਸਹੀ ਨਹੀਂ ਹੈ, ਠੀਕ ਹੈ। ਬਟ ਜੋ ਅਕਬਰ ਸੀਗੇ, ਹੀ ਵਾਜ਼ ਅ ਵੈਰੀ ਸੈਕੂਲਰ ਪਰਸਨ, ਠੀਕ ਹੈ, ਬਹੁਤ ਹੀ ਵਧੀਆ ਰਾਜਾ ਹੋਏ ਨੇ ਉਹ, ਤਾਂ ਧਰਮ ਨਿਰਪੱਖ ਸੀਗੇ ਉਹਨਾਂ ਨੂੰ, ਕੋਈ ਕੱਟੜ ਇਹ ਨਹੀਂ ਸੀਗਾ ਕਿ ਹਾਂ ਅਗਰ ਮੈਂ ਮੁਸਲਮਾਨ ਹਾਂ ਤਾਂ ਦੂਜੇ ਧਰਮਾਂ ਦੀ ਉਹ ਨਿੰਦਿਆ ਕਰਦੇ ਸੀ, ਇੱਦਾਂ ਦੀ ਕੋਈ ਚੀਜ਼ ਉਹਨਾਂ 'ਚ ਨਹੀਂ ਸੀਗੀ। ਸੋ ਹੀ ਵਿਜ਼ਿਟ ਗੋਲਡਨ ਟੈਂਪਲ, ਠੀਕ ਹੈ, ਉਹ ਖੁਦ ਆਉਂਦੇ ਨੇ ਗੋਲਡਨ ਟੈਂਪਲ ਦੇ ਵਿੱਚ ਅਤੇ ਗੁਰਬਾਣੀ ਸੁਣਦੇ ਨੇ, ਤਾਂ ਉਹਨਾਂ ਨੂੰ ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਲੱਗੀ ਜੋ ਕਿ ਮੁਸਲਿਮ ਧਰਮ ਦੇ ਵਿਰੁੱਧ ਹੁੰਦੀ ਹੈ, ਠੀਕ ਹੈ। ਅਤੇ ਉਹ ਗੁਰੂ ਜੀ ਨਾਲ ਮਤਲਬ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਜਗੀਰ ਭੇਂਟ ਕਰਕੇ ਜਾਂਦੇ ਨੇ, ਠੀਕ ਹੈ, ਅਤੇ ਉਹ ਜੋ ਕਿ ਗੁਰੂ ਜੀ ਅਕਸੈਪਟ ਨਹੀਂ ਕਰਦੇ, ਠੀਕ ਹੈ। ਇਹ ਥੋੜ੍ਹੀ ਜਿਹੀ ਹਿਸਟਰੀ ਤੁਹਾਨੂੰ ਦੱਸੀ ਹੈ ਇਹਨਾਂ ਬਾਰੇ, ਠੀਕ ਹੈ। ਅਗਰ ਡਿਟੇਲ 'ਚ ਇਸ ਟੋਪਿਕ ਨੂੰ ਪੜ੍ਹਨਾ ਹੋਇਆ ਤਾਂ ਕਮੈਂਟ ਸੈਕਸ਼ਨ 'ਚ ਦੱਸ ਦਿਓ, ਵੀ ਵਿਲ ਕਵਰ ਦਾ ਟੋਪਿਕ। ਸੋ ਮੁਗਲ ਸਮਰਾਟ ਅਕਬਰ ਦੀ ਮੌਤ ਕਦੋਂ ਹੋਈ ਸੀ ਜੀ? ਹੋਈ ਸੀ 1605 ਦੇ ਵਿੱਚ, ਠੀਕ ਹੈ। ਅਕਬਰ ਤੋਂ ਬਾਅਦ ਕਿਹੜਾ ਮੁਗਲ ਸਮਰਾਟ ਸੱਤਾ ਵਿੱਚ ਆਇਆ? ਤਾਂ ਸਹੀ ਜਵਾਬ ਹੈ ਜੀ, ਜਹਾਂਗੀਰ, ਅਕਬਰ ਦਾ ਬੇਟਾ। ਗੁਰੂ ਹਰਗੋਬਿੰਦ ਜੀ ਨੂੰ ਸ਼ਸਤਰ ਵਿੱਦਿਆ ਕਿਸ ਨੇ ਦਿੱਤੀ ਸੀ? ਬਾਬਾ ਬੁੱਢਾ ਜੀ ਨੇ। ਗੁਰੂ ਹਰਗੋਬਿੰਦ ਜੀ ਕਿੰਨਵੇਂ ਗੁਰੂ ਸਾਹਿਬਾਨ ਹੋਏ ਨੇ ਸਿੱਖਾਂ ਦੇ? 6ਵੇਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਨੇ ਕੀਤੀ?
ਤਾਈ ਕੀਤੀ ਜੀ। ਫਿਰ ਕੁਸ਼ਚਨ ਰਿਪੀਟ ਹੋਇਆ ਹੈ ਗੁਰੂ ਅਰਜਨ ਦੇਵ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਹੈ, ਵੈਰੀ 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 ਇੰਪੋਰਟੈਂਟ ਕੁਸ਼ਚਨ ਫੋਰ ਆਲ ਪੰਜਾਬ ਇਗਜ਼ਾਮਸ, ਠੀਕ ਹੈ। ਤੁਹਾਨੂੰ ਬਹੁਤ ਵਾਰੀ PYQs ਦੇ ਵਿੱਚ ਦੇਖਣ ਨੂੰ ਮਿਲੇਗਾ, ਠੀਕ ਹੈ। ਤਾਂ ਕਿਹਨਾਂ ਨੇ ਕੀਤੀ ਸੀਗੀ ਜੀ? ਸ਼੍ਰੀ ਗੁਰੂ ਅਰਜਨ ਦੇਵ ਜੀ, ਜੋ ਕਿ ਸਿੱਖਾਂ ਦੇ 5ਵੇਂ ਗੁਰੂ ਹੋਏ ਹਨ। ਸੋ ਆਨੰਦ ਸਾਹਿਬ ਵਿੱਚ ਕਿਸ ਗੁਰੂ ਆਨੰਦ ਸਾਹਿਬ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ? ਗੁਰੂ ਅਮਰਦਾਸ ਜੀ, ਅਤੇ ਗੁਰੂ ਅਮਰਦਾਸ ਜੀ ਸਿੱਖਾਂ ਦੇ 3ਜੇ ਗੁਰੂ ਹਨ, ਠੀਕ ਹੈ ਜੀ। ਕਿਹੜੇ ਗੁਰੂ ਦੇ ਦਰਬਾਰ ਵਿੱਚ ਅਬਦੁੱਲਾ ਅਤੇ ਨੱਥਾ ਮਲ ਢਾਡੀ ਸਿੱਖਾਂ ਨੂੰ ਉਤਸ਼ਾਹ ਦੇ ਕੇ ਯੋਧਾ ਬਣਾਉਣ ਲਈ ਗਾਇਆ ਕਰਦੇ ਸਨ? ਸ਼੍ਰੀ ਗੁਰੂ ਹਰਗੋਬਿੰਦ ਜੀ, ਠੀਕ ਹੈ। ਇਸ ਤੋਂ ਪਹਿਲਾਂ ਅਗਰ ਤੁਹਾਨੂੰ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਇੰਡਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਉ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਸੈਕਸ਼ਨ 'ਚ ਆਪਦਾ ਸੁਜੈਸ਼ਨ ਜ਼ਰੂਰ ਦੇਣਾ, ਠੀਕ ਹੈ ਜੀ। ਸਿੱਖਾਂ ਦੇ 6ਵੇਂ ਗੁਰੂ ਸਨ, ਹੁਣੇ ਤੁਹਾਨੂੰ ਕਵਰ ਕਰਵਾਇਆ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ। ਗੁਰੂ ਅਰਜਨ ਦੇਵ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ? ਤਾਂ ਸਹੀ ਜਵਾਬ ਹੈ ਜੀ, ਜਹਾਂਗੀਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ। ਜਹਾਂਗੀਰ ਨੂੰ ਵੀ ਪ੍ਰਿਥਵੀ ਹੋ ਗਿਆ ਜਾਂ ਇੱਦਾਂ ਦੇ ਜਿਹੜੇ ਚੰਦੂਮਲ ਹੋ ਗਏ ਉਹਨਾਂ ਨੇ ਭੜਕਾਇਆ ਸੀਗਾ, ਠੀਕ ਹੈ। ਤਾਂ ਗੁਰੂ ਜੋ ਜਹਾਂਗੀਰ ਸੀਗੇ ਉਹਨਾਂ ਨੇ ਜੋ ਸਿੱਖਾਂ ਦੀ ਪਹਿਲੀ ਸ਼ਹੀਦੀ ਹੋਈ ਹੈ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਸ਼ਹੀਦ ਕਰਵਾਇਆ। ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਉੱਤਰਾਧਿਕਾਰੀ ਕੌਣ ਸਨ? ਗੁਰੂ ਹਰ ਰਾਏ ਜੀ, ਠੀਕ ਹੈ, ਅਤੇ ਇਹ 7ਵੇਂ ਗੁਰੂ ਸਨ। ਗੁਰੂ ਅੰਗਦ ਦੇਵ ਜੀ ਦੇ ਪਿਤਾ, ਅੰਗਦ ਦੇਵ ਜੀ ਸਿੱਖਾਂ ਦੇ 3ਵੇਂ ਗੁਰੂ ਸਨ? 2ਜੇ ਗੁਰੂ ਸਨ। ਇਹਨਾਂ ਦਾ ਪਹਿਲਾ ਨਾਮ ਕੀ ਸੀਗਾ? ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀਗਾ, ਠੀਕ ਹੈ। ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਆਂਸਰ ਦਿਓ ਕਿ ਦੂਸਰੇ ਗੁਰੂ ਜੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਇਹ ਕੁਸ਼ਚਨ ਹੈ ਕਿ ਉਹਨਾਂ ਦੇ ਪਿਤਾ ਦਾ ਨਾਮ ਕੀ ਸੀਗਾ? ਤਾਂ ਉਹਨਾਂ ਦੇ ਪਿਤਾ ਦਾ ਨਾਮ ਬਾਬਾ ਫੇਰੂ ਮੱਲ ਸੀਗਾ। ਕਿਹੜੇ ਸਾਹਿਬ ਦਾ ਜੀਵਨ ਕਾਲ ਸਭ ਤੋਂ ਥੋੜ੍ਹਾ ਸੀ? ਗੁਰੂ ਹਰਕ੍ਰਿਸ਼ਨ ਜੀ। ਅਤੇ 3ਵੇਂ ਗੁਰੂ ਸੀ ਜੀ? 8ਵੇਂ ਗੁਰੂ ਸਾਹਿਬਾਨ ਸੀਗੇ। ਰਾਮਦਾਸਪੁਰ ਇਹਨਾਂ ਵਿੱਚੋਂ ਕਿਸ ਨਗਰ ਦਾ ਮੁੱਢਲਾ ਨਾਂ ਸੀ? ਸੋ ਅੰਮ੍ਰਿਤਸਰ ਦਾ ਪਤਾ ਹੀ ਹੈ ਆਪਾਂ ਨੂੰ ਕਿ ਪਹਿਲਾ ਨਾਮ ਸੀਗਾ ਰਾਮਦਾਸਪੁਰਾ, ਅਤੇ ਆਪਾਂ ਲਾਸਟ ਵੀਡੀਓ ਦੇ ਵਿੱਚ ਕਵਰ ਕੀਤਾ ਸੀਗਾ ਕਿ ਇਹ ਕਿਹੜੇ ਗੁਰੂ ਸਾਹਿਬਾਨ ਨੇ ਵਸਾਇਆ ਸੀਗਾ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ, ਅਤੇ ਅਗਰ ਇਹ ਕੁਸ਼ਚਨ ਨਹੀਂ ਕਵਰ ਕੀਤਾ ਤਾਂ ਜਾ ਕੇ ਪੁਰਾਣੀ ਵੀਡੀਓ ਦੇਖੋ, ਉਹਦੇ ਵਿੱਚ ਹੋਰ ਵੀ ਕੁਸ਼ਚਨਸ ਨੇ ਜੋ ਕਿ ਤੁਹਾਡੇ ਪੇਪਰਾਂ ਵਾਸਤੇ ਬਹੁਤ ਇੰਪੋਰਟੈਂਟ ਨੇ। ਸੁਖਮਨੀ ਸਾਹਿਬ ਦੀ ਜੋ ਰਚਨਾ ਹੈ ਉਹ ਕਿਸ ਨੇ ਕੀਤੀ? ਤਾਂ ਸੁਖਮਨੀ ਸਾਹਿਬ ਦੀ ਰਚਨਾ ਆਪਣੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਇਹਨਾਂ ਵਿੱਚੋਂ ਕਿਸ ਬਾਣੀ ਨਾਲ ਸ਼ੁਰੂ ਹੁੰਦਾ ਹੈ? ਸੋ ਸਹੀ ਜਵਾਬ ਹੈ ਜੀ ਜਪਜੀ ਸਾਹਿਬ, ਠੀਕ ਹੈ। ਜਦੋਂ ਆਪਾਂ ਘਰ ਵੀ ਅਖੰਡ ਪਾਠ ਦਾ ਪਾਠ ਕਰਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਸੋ ਦਾ ਯੂ ਕੈਨ ਯੂਜ਼ ਯੂਅਰ ਕੋਮਨ ਸੈਂਸ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀ ਬਾਣੀ ਸਭ ਤੋਂ ਪਹਿਲਾਂ ਆਏਗੀ? ਸੋ ਦਾ ਆਂਸਰ ਇਜ਼ ਜਪਜੀ ਸਾਹਿਬ। ਮੁਗਲ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ? ਬਾਬਰ ਨੇ। ਨਾਓ ਬਾਬਰ ਦੇ ਨਾਲ ਬਹੁਤ ਰਿਲੇਟਿਡ ਕੁਸ਼ਚਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤੇ ਨੇ, ਸੋ ਇੱਕ ਵਾਰ ਰਿਵੀਜ਼ਨ ਹੋ ਜਾਵੇ। ਤੁਸੀਂ ਇਹ ਦੱਸਣਾ ਹੈ ਕਿ ਬਾਬਰ ਪਹਿਲੀ ਵਾਰੀ ਭਾਰਤ ਕਦੋਂ ਆਇਆ ਸੀਗਾ, ਗੁਰੂ ਨਾਨਕ ਦੇਵ ਜੀ ਨੂੰ ਬਾਬਰ ਕਦੋਂ ਮਿਲਿਆ ਸੀਗਾ, ਬਾਬਰ ਨੇ ਪੰਜਾਬ 'ਤੇ ਕੁੱਲ ਕਿੰਨੇ ਹਮਲੇ ਕੀਤੇ ਸੀਗੇ, ਠੀਕ ਹੈ, ਅਤੇ ਬਾਬਰ ਦੀ ਪਾਣੀਪਤ 'ਤੇ 9ਵੀਂ ਲੜਾਈ
ਅਤੇ ਕਿਹਦੇ ਨਾਲ ਹੋਈ ਸੀਗੀ। ਇਹ ਕੁਐਸਚਨ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ, ਇਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਹੀ ਕਵਰ ਕੀਤੇ ਨੇ, ਠੀਕ ਹੈ ਜੀ। ਅਕਾਲ ਤਖਤ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ? ਸਿਕਸਥ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਕਿਸ ਗੁਰੂ ਸਾਹਿਬ ਨੂੰ ਬਾਲ ਗੁਰੂ ਵਜੋਂ ਜਾਣਿਆ ਜਾਂਦਾ, ਯਾਦ ਕੀਤਾ ਜਾਂਦਾ ਹੈ? ਤਾਂ ਉਹ ਵੀ ਨੇ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਲਹਿਣਾ ਨੂੰ ਅੰਗਦ ਨਾਂ ਕਿਸ ਨੇ ਦਿੱਤਾ ਸੀਗਾ? ਗੁਰੂ ਨਾਨਕ ਦੇਵ ਜੀ। ਹੁਣੇ ਆਪਾਂ ਕਵਰ ਕੀ ਕੀਤਾ ਸੀਗਾ? ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ, ਠੀਕ ਹੈ। ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਕੀ ਆਂਸਰ ਹੈ ਇਹਦਾ। ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਹੁਣੇ ਅਜੇ ਆਪਾਂ ਨੇ ਵੀਡੀਓ ਦੇ ਵਿੱਚ ਕਵਰ ਕੀਤਾ ਹੈ। ਅੱਗੇ ਵਧਣ ਤੋਂ ਪਹਿਲਾਂ ਅਗਰ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਈਂਡਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਵੀਡੀਓ ਨੂੰ ਲਾਈਕ। ਸੋ ਕਿਸ ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਦਾ ਵਿਆਹ ਹੋਇਆ ਸੀਗਾ? 15 ਸਾਲ ਦੀ ਉਮਰ ਵਿੱਚ। ਗੁਰਮੁਖੀ ਲਿਪੀ ਦਾ ਵਰਤਮਾਨ ਸੰਬੋਧਿਤ ਰੂਪ ਕਿਸ ਨੇ ਪੇਸ਼ ਕੀਤਾ? ਸੋ ਦਾ ਆਂਸਰ ਇਜ਼ ਗੁਰੂ ਅੰਗਦ ਦੇਵ ਜੀ ਨੇ। ਯਾਨੀ ਕਿ ਜੋ ਪ੍ਰੈਜੈਂਟ ਆਪਾਂ ਲਿਪੀ ਯੂਜ਼ ਕਰਦੇ ਹਾਂ ਗੁਰਮੁਖੀ ਲਿਪੀ, ਉਹ ਕਿੰਨੇ ਦਿੱਤੀ ਸੀਗੀ? ਉਹ ਦਿੱਤੀ ਸੀਗੀ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਗੁਰੂ ਹਰਗੋਬਿੰਦ ਜੀ ਨੇ ਆਪਣੀ ਗੱਦੀ ਦਾ ਵਾਰਸ ਕਿਸ ਨੂੰ ਚੁਣਿਆ ਸੀ? ਤਾਂ ਸਹੀ ਜਵਾਬ ਹੈ ਜੀ ਹਰ ਰਾਏ ਜੀ ਨੂੰ। ਕਿਸ ਗੁਰੂ ਨੂੰ ਬੰਦੀ ਛੋੜ ਬਾਬਾ ਕਿਹਾ ਜਾਂਦਾ ਹੈ? ਗੁਰੂ ਹਰਗੋਬਿੰਦ ਜੀ। ਇਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਦਿੱਲੀ ਤੋਂ 52 ਰਾਜਿਆਂ ਦੀ ਰਿਹਾਈ ਕਰਵਾ ਕੇ ਆਏ ਸੀਗੇ, ਠੀਕ ਹੈ। ਜਿਹਦੇ ਯਾਦ ਵਿੱਚ ਸਿੱਖਾਂ ਨੇ ਫਿਰ ਦੀਪਮਾਲਾ ਕੀਤੀ ਸੀਗੀ, ਇਸ ਲਈ ਦੀਵਾਲੀ ਨੂੰ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ ਕੁਐਸਚਨ ਯਾਦ ਰੱਖਣਾ ਹੈ ਤੁਸੀਂ। ਕਿਸ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀ ਸੁਸ਼ੋਭਿਤ ਸਨ? ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਕਿਸ ਮੁਗਲ ਸ਼ਾਸਕ ਨੇ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਵਿੱਚ ਬੰਦੀ ਬਣਾਇਆ? ਤਾਂ ਸਹੀ ਜਵਾਬ ਹੈ ਜੀ ਜਹਾਂਗੀਰ ਨੇ। ਗੁਰੂ ਅਮਰਦਾਸ ਜੀ ਕਿਸ ਮੁਗਲ ਸਮਰਾਟ ਦੇ ਸਮਕਾਲੀ ਸਨ? ਅਕਬਰ। ਇੰਪੋਰਟੈਂਟ ਕੁਐਸਚਨ, ਇਹ ਕੁਐਸਚਨ PCS ਦੇ ਵਿੱਚ ਵੀ ਪੁੱਛ ਸਕਦੇ ਨੇ, ਬਿਕੋਜ਼ PCS ਦੇ ਵਿੱਚ ਇੱਦਾਂ ਦੇ ਹੀ ਕੁਐਸਚਨ ਆਉਂਦੇ ਨੇ, ਠੀਕ ਹੈ ਜੀ। ਅਤੇ ਹੋਰ ਵੀ ਜੇ ਨਾਇਬ ਤਹਿਸੀਲਦਾਰ ਹੋ ਗਿਆ, ਜੋ ਵੱਡੇ ਪੇਪਰ ਨੇ ਉਹਨਾਂ 'ਚ ਇੱਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ। ਗੁਰੂ ਅਮਰਦਾਸ ਜੀ ਕਿਸ ਮੁਗਲ ਸਮਰਾਟ ਦੇ ਸਮਕਾਲੀ ਸਨ? ਤਾਂ ਕਰੈਕਟ ਆਂਸਰ ਇਜ਼ ਅਕਬਰ। ਗੁਰੂ ਅਮਰਦਾਸ ਜੀ ਤੀਜੇ ਗੁਰੂ ਸੀਗੇ ਸਿੱਖਾਂ ਦੇ, ਅਤੇ ਉਹਨਾਂ ਦੇ ਜੋ ਪੈਰਲਰ ਚੱਲ ਰਹੇ ਸੀਗਾ ਅਕਬਰ। ਕਿਸ ਮੁਗਲ ਸਮਰਾਟ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਜ਼ਮੀਨ ਦਾਨ ਕੀਤੀ? ਤਾਂ ਉਹ ਸੀਗੇ ਅਕਬਰ। ਮੈਂ ਤੁਹਾਨੂੰ ਉੱਪਰ ਹਿਸਟਰੀ ਸੁਣਾਈ ਹੈ, ਠੀਕ ਹੈ। ਰਵਾਇਤ ਅਨੁਸਾਰ ਕਿਸ ਮੁਗਲ ਸਮਰਾਟ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ? ਹਿਮਾਯੂ। ਹਿਮਾਯੂ ਦੂਜੇ ਰਾਜਾ ਸੀਗਾ, ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਸਨ, ਅਤੇ ਬਾਬਰ ਦਾ ਬੇਟਾ ਸੀਗਾ ਹਿਮਾਯੂ, ਠੀਕ ਹੈ। ਅਤੇ ਹਿਮਾਯੂ ਦੇ ਟਾਈਮ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਪੈਰਲਰ ਚੱਲ ਰਹੇ ਸਨ। ਉਸ ਤੋਂ ਬਾਅਦ ਹਿਮਾਯੂ ਤੋਂ ਬਾਅਦ ਜਦੋਂ ਅਕਬਰ ਆਉਂਦਾ ਹੈ ਤਾਂ ਉਦੋਂ ਆਪਣੇ ਤੀਜੇ ਗੁਰੂ ਅਮਰਦਾਸ ਜੀ ਆ ਜਾਂਦੇ ਨੇ, ਠੀਕ ਹੈ। ਸੋ ਇਹ ਜੋ ਸਮਕਾਲ ਵੀ ਯਾਦ ਰੱਖਣੇ ਨੇ, ਕਈ ਵਾਰ ਪੇਪਰਾਂ ਵਿੱਚ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ। ਭਾਈ ਬਿਧੀ ਚੰਦ ਕਿਸ ਗੁਰੂ ਦਾ ਸ਼ਰਧਾਲੂ ਸੀ ਜੀ? ਉਹ ਸੀਗੇ ਸ਼੍ਰੀ ਗੁਰੂ ਹਰਗੋਬਿੰਦ ਜੀ, ਉਹਨਾਂ ਦੇ ਸ਼ਰਧਾਲੂ ਸਨ। ਦਿਲਬਾਗ ਅਤੇ ਗੁਲਬਾਗ ਨਾਂ ਦੇ ਦੋ ਘੋੜਿਆਂ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਨਾਲ ਸੀ? ਗੁਰੂ ਹਰਗੋਬਿੰਦ ਜੀ। ਗੁਰੂ ਹਰਕ੍ਰਿਸ਼ਨ ਜੀ ਕੁੱਲ ਕਿੰਨੇ ਸਮੇਂ ਲਈ ਗੁਰੂ ਸਿੰਘਾਸਨ 'ਤੇ ਬੈਠੇ? 3 ਸਾਲ। ਅਤੇ ਇਹ ਕਿੰਨਵੇਂ ਗੁਰੂ ਸਨ?
ਦੱਸੋ, ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਗੁਰੂ ਹਰਕ੍ਰਿਸ਼ਨ ਜੀ ਕਿਵੇਂ ਗੁਰੂ ਸਨ, ਮੈਂ ਕਿੰਨੀ ਵਾਰ ਵੀਡੀਓ ਦੇ ਵਿੱਚ ਰਿਪੀਟ ਕਰ ਚੁੱਕੀ ਹਾਂ। ਸੁਥਰਾ ਸਾਹ ਕਿਸ ਗੁਰੂ ਸਾਹਿਬ ਦੇ ਦਰਬਾਰ ਦਾ ਸ਼ਿੰਗਾਰ ਸੀਗਾ? ਸੋ ਦਾ ਕਰੈਕਟ ਆਨਸਰ ਇਜ਼ ਗੁਰੂ ਗੋਬਿੰਦ ਸਿੰਘ ਜੀ। ਇਹਨਾਂ ਵਿੱਚੋਂ ਕਿਹੜੀ ਵਾਰ ਦਾ ਸੰਬੰਧ ਗੁਰੂ ਅਮਰਦਾਸ ਜੀ ਰਚਿਤ ਬਾਣੀ ਨਾਲ ਨਹੀਂ ਹੈ? ਆਸਾ ਦੀ ਵਾਰ, ਠੀਕ ਹੈ ਜੀ। ਗੁਰੂ ਅਮਰਦਾਸ ਜੀ ਦੁਆਰਾ ਚਲਾਈ ਗਈ ਮੰਜੀ ਪ੍ਰਥਾ ਹੈ, ਆਪਾਂ ਮੰਜੀ ਪ੍ਰਥਾ ਵਾਲਾ ਕੁਸ਼ਚਨ ਲਾਸਟ ਵੀਡੀਓ ਦੇ ਵਿੱਚ ਵੀ ਕਵਰ ਕੀਤਾ ਸੀਗਾ, ਠੀਕ ਹੈ। ਅਤੇ ਇਹ ਤੁਸੀਂ ਜਿਹੜਾ ਕੁਸ਼ਚਨ ਹੈ ਆਪਣਾ ਧਿਆਨ ਨਾਲ ਦੇਖੋ, ਇਹ ਬਹੁਤ ਇੰਪੋਰਟੈਂਟ ਕੁਸ਼ਚਨ ਹੈ। ਇੱਕ ਪੀ ਵਾਈ ਕਿਊਜ਼ ਦੇ ਵਿੱਚ ਅਗਰ ਤੁਸੀਂ ਚੈੱਕ ਕਰੋਗੇ ਤਾਂ ਮੰਜੀ ਪ੍ਰਥਾ ਨਾਲ ਰਿਲੇਟਿਡ ਬਹੁਤ ਕੁਸ਼ਚਨ ਪੁੱਛੇ ਜਾਂਦੇ ਨੇ, ਠੀਕ ਹੈ। ਗੁਰੂ ਅਮਰਦਾਸ ਜੀ ਦੁਆਰਾ ਚਲਾਈ ਗਈ ਜੋ ਮੰਜੀ ਪ੍ਰਥਾ ਵਿੱਚ ਮੰਜੀਆਂ ਦੀ ਕੁੱਲ ਗਿਣਤੀ ਕਿੰਨੀ ਸੀਗੀ ਜੀ? 22 ਸੀ। ਤੁਸੀਂ ਇਹ ਦੱਸੋ ਵੀ ਮੰਜੀ ਪ੍ਰਥਾ ਕਿਹੜੀ ਸਦੀ ਵਿੱਚ ਸ਼ੁਰੂ ਹੋਈ ਸੀਗੀ? ਅਤੇ ਉਹ ਤਾਂ ਪਤਾ ਹੀ ਹੈ ਕਿ ਚਲੋ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰਵਾਈ ਸੀ, ਅਤੇ ਕਿੰਨਵੀਂ ਸਦੀ 'ਚ ਕਰਵਾਈ ਸੀ? ਇਹ ਆਨਸਰ ਤੁਸੀਂ ਦੇਣਾ ਹੈ। ਕਿਸ ਗੁਰੂ ਸਾਹਿਬ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ? ਗੁਰੂ ਰਾਮਦਾਸ ਜੀ ਦਾ, ਆਪਣੇ ਚੌਥੇ ਗੁਰੂ ਹੋਏ ਨੇ ਗੁਰੂ ਰਾਮਦਾਸ ਜੀ। ਜਦੋਂ ਗੁਰੂ ਜੀ ਪਟਨੇ ਗਏ ਤਾਂ ਕਿਹੜਾ ਹਲਵਾਈ ਗੁਰੂ ਜੀ ਦਾ ਸਿੱਖ ਬਣਿਆ? ਭਾਈ ਜੈਤਾ ਜੀ। ਜਦੋਂ ਗੁਰੂ ਜੀ ਢਾਕੇ ਪਹੁੰਚੇ ਤਾਂ ਉੱਥੇ ਕਿਹੜਾ ਮਨਸਦ ਪ੍ਰਚਾਰਕ ਸੀ? ਬਲਾਕੀ ਦਾਸ। ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਕਦੋਂ ਵਸਾਇਆ? ਸੋ ਦਾ ਕਰੈਕਟ ਆਨਸਰ ਇਜ਼ 1665 ਦੇ ਵਿੱਚ ਉਹਨਾਂ ਨੇ ਅਨੰਦਪੁਰ ਸਾਹਿਬ ਵਸਾਇਆ ਸੀਗਾ। ਦਿੱਲੀ ਵਿੱਚ ਗੁਰੂ ਜੀ ਦੀ ਕਿਸ ਨਾਲ ਬਹਿਸ ਹੋਈ ਸੀਗੀ? ਕਾਜ਼ੀਆਂ ਨਾਲ। ਗੁਰੂ ਤੇਗ ਬਹਾਦਰ ਜੀ ਨੇ ਕਿਸ ਨੂੰ ਅਨੰਦਪੁਰ ਸਾਹਿਬ ਭੇਜ ਦਿੱਤਾ? ਭਾਈ ਗੁਰਦਿੱਤਾ ਜੀ ਨੂੰ। ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਦੀ ਖਾਤਰ ਪਹਿਲਾਂ ਕਿਸ ਨੂੰ ਵਾਰੇ ਨਾਲ ਚੀਰ ਕੇ ਦੋ ਫਾੜ ਕੀਤੇ ਗਏ? ਭਾਈ ਮਤੀ ਦਾਸ, ਠੀਕ ਹੈ ਜੀ। ਆਹ ਕੁਸ਼ਚਨ ਦੇਖੋ, ਆਪਸ਼ਨ ਦੇਖੋ, ਭਾਈ ਲਹਿਣਾ ਜੀ ਇਹ ਕੌਣ ਸੀਗੇ, ਠੀਕ ਹੈ। ਇਹਨੂੰ ਇਲੀਮੀਨੇਟ ਕਿਵੇਂ ਕਰਨਾ ਹੈ, ਠੀਕ ਹੈ, ਇਲੀਮੀਨੇਸ਼ਨ ਟੈਕਨੀਕ ਲੱਗੇਗੀ ਇੱਥੇ ਤੁਹਾਡੀ। ਭਾਈ ਦਿਆਲਾ ਜੀ ਕੌਣ ਸੀਗੇ, ਠੀਕ ਹੈ। ਕਰੈਕਟ ਆਨਸਰ ਹੈ ਮਤੀ ਜੀ, ਮਤੀ ਦਾਸ ਜੀ। ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਦੀ ਖਾਤਰ ਕਿਸ ਨੋਬਲ ਦੀ ਦੇਗ ਵਿੱਚ ਬਿਠਾਇਆ ਗਿਆ ਸੀਗਾ? ਭਾਈ ਦਿਆਲਾ ਜੀ ਨੂੰ, ਠੀਕ ਹੈ ਜੀ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਸੀ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਗਿਆ ਸੀਗਾ। ਅਤੇ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਲਈ ਕਿਸ ਨੂੰ ਰੂਹ ਵਿੱਚ ਲਪੇਟ ਕੇ ਜਿੰਦਾ ਸਾੜ ਦਿੱਤਾ ਗਿਆ ਸੀ? ਭਾਈ ਸਤੀ ਦਾਸ ਜੀ ਨੂੰ। ਹੁਣ ਤੁਸੀਂ ਇੱਥੇ ਤਿੰਨ ਕੁਸ਼ਚਨ ਕਵਰ ਕੀਤੇ ਨੇ, ਭਾਈ ਮਤੀ ਦਾਸ ਜੀ, ਠੀਕ ਹੈ, ਇਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਸੀਗਾ, ਭਾਈ ਸਤੀ ਦਾਸ ਜੀ ਇਹਨਾਂ ਨੂੰ ਜਿੰਦਾ ਰੂਹ ਦੇ ਵਿੱਚ ਬੰਨ ਕੇ ਸਾੜਿਆ ਗਿਆ ਸੀਗਾ, ਭਾਈ ਦਿਆਲਾ ਜੀ ਇਹਨਾਂ ਨੂੰ ਉਬਲਦੀ ਦੇਗ ਵਿੱਚ ਸ਼ਹੀਦ ਕੀਤਾ ਗਿਆ ਸੀਗਾ। ਕਿਹੜੇ ਸਿੱਖ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ? ਸੋ ਹੀ ਵਾਜ਼ ਲੱਖੀ ਸ਼ਾਹ ਵਣਜਾਰਾ, ਠੀਕ ਹੈ ਜੀ। ਢਾਕੇ ਵਿੱਚ ਧਰਮ ਪ੍ਰਚਾਰ ਕਰਨ ਤੋਂ ਬਾਅਦ ਗੁਰੂ ਜੀ ਕਿੱਥੇ ਪਹੁੰਚੇ? ਅਸਾਮ ਵਿੱਚ। ਔਰੰਗਜ਼ੇਬ ਨੇ ਹਿੰਦੂਆਂ ਦੇ ਕੀ ਢਾ ਦੇਣ ਦਾ ਐਲਾਨ ਕੀਤਾ? ਪਾਠਸ਼ਾਲਾ ਅਤੇ ਮੰਦਰ। ਗੁਰੂ ਤੇਗ ਬਹਾਦਰ ਜੀ ਕੋਲ ਕਿਹੜੇ ਪੰਡਿਤ ਫਰਿਆਦ ਲੈ ਕੇ ਆਏ ਸਨ? ਉਸਦਾ ਕਰੈਕਟ ਆਨਸਰ ਇਜ਼ ਕਿਰਪਾ ਰਾਮ, ਠੀਕ ਹੈ। ਬਸ
ਹੋ ਗਏ ਆਪਣੇ ਕੁਐਸਚਨ ਕੰਪਲੀਟ। ਠੀਕ ਹੈ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਆਉਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਡੇਲੀ 50-50 ਕੁਐਸਚਨਸ ਕਵਰ ਕਰਾਂਗੇ ਰਿਵੀਜ਼ਨ ਦੇ ਤੌਰ 'ਤੇ, ਸੋ ਦੈਟ ਤੁਹਾਡੀ ਆਉਣ ਵਾਲੇ ਪੇਪਰਾਂ ਵਾਸਤੇ ਵਧੀਆ ਤਿਆਰੀ ਹੋ ਜਾਵੇ। ਗੁਰੂਆਂ ਦਾ ਜੋ ਹਿਸਟਰੀ ਹੈ ਉਹਨੂੰ ਕੰਪਲੀਟ ਕਰਕੇ ਜੋ ਆਪਾਂ ਜਨਰਲ GK ਉਹਦੇ ਵੱਲ ਮੂਵ ਹੋਵਾਂਗੇ। ਠੀਕ ਹੈ, ਅਤੇ ਕੋਈ ਵੀ ਤੁਸੀਂ ਹੋਰ ਟੋਪਿਕ ਕਵਰ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਥਿਊਰੀ ਕੋਈ MCQ। ਠੀਕ ਹੈ ਜੀ, ਔਰ ਕਾਇੰਡਲੀ ਅਗਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮੱਚ।